ਬਹਿ ਗਿਆ ਯਾਰ ਕਿ ਤੁਸੀਂ ਮੇਰੇ ਵਲੌਗ 'ਚ ਭਾਈ ਗਾਣਾ ਸੁਣ ਲਵੋ ਸਿੱਧੂ ਮੂਸੇ ਵਾਲਾ ਅਸੀਂ ਜੀ ਜਦੋਂ ਪਹਿਲੇ ਆਈਫੋਨ ਲੈਣ ਆਏ ਸਾ ਉਦੋਂ ਆਏ ਸਾ ਜ਼ੁਬੈਰ ਦਾ ਆਈਫੋਨ ਲੈਣ ਵਾਸਤੇ ਤੇ ਉਦੋਂ ਨਾਸ਼ਤਾ ਸਾਨੂੰ ਜ਼ੁਬੈਰ ਨੇ ਕਰਵਾਇਆ ਸੀ ਕਿਉਂਕਿ ਉਹਨੇ ਹੀ ਕਰਵਾਉਣਾ ਆਈਫੋਨ ਦਾ वीडियो देखने वाले तमाम दोस्तों को एक नए दिन और नई सुबह के साथ अस्सलामु अलैकुम और उम्मीद करता हूं जी कि आप सब लोग हैरियत से होंगे। तो जनाब आज ना नवे साल दी है 2 तारीख और आज भी धुंद जड़ा फुल जोरां दे नाल पई है और टाइम हो रहा जी 10 बज गए ने सुबह दे। धुंद की जड़ी शिद्दत है वह वाजिया जड़ा नज़र आ रही है और सूरज भी जड़ा है वह निकलन की फुल कोशिश करता पाया और उम्मीद है कि थोड़े टाइम के अंदर सूरज निकलन च कामयाब हो जाएगा और धुंद बिल्कुल खत्म हो जाएगी। थंबनेल देख के तुहानू अंदाजा तो हो ही गया होना है कि अज असी सारे दोस्त मिल के ना तो कितने जा रहे हैं, चले कितने हैं और की लैन चले हैं। पूरी वीडियो वेखोगे तो पता लगेगा ना, इन्ना क सस्पेंस तो रहन दवो। जुबैर जमान और शहजेब ए तीन दोस्त तो जरूर आएंगे जी, नाल कोई होर दोस्त भी हो फिल वक्त वह कन्फर्म पता नहीं, तो उन्होंने हूँ कॉल करके पूछने कि कितने रह गए ना। हाँ जी अस्सलाम वालेकुम। यार 10 बज गए ने तो तुम आए नहीं अजे तक, तो मैनू तो सुबह 8 बजे फोन करके इंज उठाया कि पता नहीं अल्लाह माफी दे जी मैं किसी जंग से किसी माज से निकलना। ਉਹ ਤੁਸੀਂ ਇੰਡੀਆ 'ਚ ਰਹਿੰਦੇ ਹੋ ਨਾ ਤਾਂ ਲੱਗੀ ਹੈ, ਕਿੰਨੀ ਦੇਰ 'ਚ ਆਉਂਦੇ ਹੋ? 1.5 ਘੰਟਾ ਗੁਜ਼ਰ ਗਿਆ ਜੀ ਉਹਨਾਂ ਦਾ ਇੰਤਜ਼ਾਰ ਕਰਦੇ ਕਰਦੇ ਔਰ ਉਹ ਜਨਾਬ ਰਹੀ ਹਈਏ ਤੱਕ ਨਹੀਂ ਆਏ। ਉਹ ਸਾਹਮਣੇ ਜਿਹੜਾ ਰਸਤਾ ਹੈ ਉਸ ਰਸਤੇ ਤੋਂ ਉਹਨਾਂ ਨੇ ਆਣਾ। ਅਸਲਾਮ ਅਲੈਕੁਮ। ਜ਼ਮਾਨ ਕੀ ਹਾਲ ਨੇ? ਆ ਗਏ ਹੋ? ਦਿਲ ਕਰ ਪਿਆ ਉੱਠਣ ਨੂੰ ਮੈਨੂੰ, ਤੇ ਤੁਸੀਂ ਸਵੇਰ 8 ਵਜੇ ਕਾਲ ਕਰਕੇ ਉਠਾਇਆ। ਸ਼ਜ਼ੇਬ ਕੀ ਹਾਲ ਨੇ? ਕਿ ਜਿਸ ਤਰ੍ਹਾਂ ਪਤਾ ਨਹੀਂ ਅਸੀਂ ਮਤਲਬ ਅੱਲਾ ਮਾਫੀ ਦੇ ਕਿਸੇ ਕੋਈ ਜੰਗ ਕਰਨ ਨਿਕਲਣਾ, ਕੋਈ ਮਾਸ ਕਰਨ ਨਿਕਲਣਾ, 8 ਵਜੇ ਫੋਨ ਕਰਕੇ ਕਹਿੰਦੇ ਨੇ ਭਾਈ ਉੱਠ ਜਾ, ਤੇ ਆਪੀ ਯਕੀਨ ਕਰੋ ਮੈਂ ਤੁਹਾਨੂੰ ਟਾਈਮ ਵਹਾਵਾਂ ਨਾ, ਟਾਈਮ ਨਹੀਂ ਹੈ। 10 ਵਜ ਗਏ ਤੇ 25 ਮਿੰਟ ਹੋ ਗਏ ਤੇ ਮੇਰੇ ਕੋਲ ਪਹੁੰਚੇ ਨੇ, ਤੇ ਜੇ ਮੈਂ ਹੋਈ ਜਾਂਦਾ ਕੋਈ 2-3 ਮਿੰਟ ਲੇਟ ਇੱਥੇ ਆ ਕੇ ਤੁਹਾਨੂੰ ਮੇਰਾ ਇੰਤਜ਼ਾਰ ਕਰਨਾ ਪੈਂਦਾ, ਜੇ ਮੈਂ ਤੁਹਾਡਾ ਇੰਤਜ਼ਾਰ ਕਰਨ ਡਿਆ ਤੇ ਫਿਰ ਤੁਹਾਡੀਆਂ ਜਿਹੜੀਆਂ ਜੂਤਾਂ ਨੇ ਡਾਇਲੋਗ ਨੇ ਖਾਸ ਤੌਰ ਤੇ ਇਹ ਭਾਈ ਹਰੀ ਜਿਹੜੇ ਨੇ ਇਹ ਭਾਅ ਰਨ ਤੇ ਫਿਰ ਸਾਹ ਨਹੀਂ ਸੀ ਲੈਣਾ। ਡੱਲ ਵਾਲੀ ਅਸੀਂ ਪਹੁੰਚ ਚੁੱਕੇ ਹਾਂ ਜੀ। ਭਾਈ ਅੱਛਾ ਗੱਲ ਸੁਣੋ, ਇਹਨਾਂ ਦਾ ਹਿਸਾਬ ਲਓ ਭਾਈ, ਅਸੀਂ ਗੱਡੀ 'ਚ ਬੈਠੇ ਹਾਂ ਤੇ ਉਹ ਕਾਲੇ ਵੀ ਪੈ ਗਏ ਨੇ, ਕਿ ਸਾਨੂੰ ਦੱਸੋ ਚੱਲੇ ਕਿੱਥੇ ਹੋ? ਪੈਟਰੋਲ ਦਾ ਤੇ ਪੁੱਛੀਏ ਕਿਸ ਤਰ੍ਹਾਂ ਲੀਟਰ ਭਾਈ, ਪੈਟਰੋਲ ਕਿਸ ਤਰ੍ਹਾਂ ਲੀਟਰ ਜੇ ਭਲਾ? 216 ਰੁਪਏ ਲੀਟਰ। ਉਹ ਭਾਈ ਪੈਟਰੋਲ ਸਸਤਾ ਹੋ ਗਿਆ ਜੇ, 227 ਰੁਪਏ ਲੀਟਰ ਸੀ, 227 ਰੁਪਏ ਲੀਟਰ ਸੀ ਨਾ, ਤੇ ਹੁਣ ਅਸੀਂ ਪੈਟਰੋਲ ਪਵਾਇਆ ਤੇ ਪੈਟਰੋਲ 216 ਰੁਪਏ ਲੀਟਰ ਜੇ। ਮੈਂ ਕਿਹਾ ਸ਼ਾਇਦ ਤੁਹਾਨੂੰ ਨਹੀਂ ਪਤਾ ਤੇ ਯਾਰ ਦੱਸ ਦਵਾਂ, ਇਹ ਸਾਡੇ ਡੱਲ ਵਾਲੀ ਦਾ ਉਹ ਵਾਲਾ ਰਸਤਾ ਜੀ ਜਿਹੜਾ ਨਵਾਂ ਬਣਿਆ ਹੈ, ਔਰ ਰਸਤੇ ਦੀ ਫੀਲਿੰਗ ਕੈਸੀ ਹੈ, ਸਫ਼ਰ ਕੈਸਾ ਹੈ, ਇਹ ਤੁਸੀਂ ਬਾਖੂਬੀ ਅੰਦਾਜ਼ਾ ਲਾ ਸਕਦੇ ਹੋ। ਔਰ ਇਸ ਰੋਡ ਨੂੰ ਬਣਦੇ ਬਣਦੇ ਤਕਰੀਬਨ 12-14 ਮਹੀਨੇ ਲੱਗੇ ਸਨ, ਤੇ ਫਿਰ ਜਾ ਕੇ ਰਸਤਾ ਜਿਹੜਾ ਹੈ ਕੰਪਲੀਟ ਹੋਇਆ ਸੀ। ਸਿਆਲਕੋਟ ਕੈਂਟ ਐਂਟਰ ਹੋ ਚੁੱਕਿਆ ਜੀ। ਯਾਰ ਅਸੀਂ ਬਾਹਰੋਂ ਚਾਨਾ ਚੌਕ ਵਾਲੀ ਸਾਈਡ ਤੋਂ ਭਲਾ ਕਿਉਂ ਨਹੀਂ ਗਏ? ਰੋਡ ਬੰਦਾ ਪਿਆ, ਰਸਤਾ ਬੰਦ ਹੈ ਉਧਰੋਂ ਨਾ ਜ਼ਿਆਦਾਤਰ। ਅੱਛਾ ਹਾਂ, ਇਹ ਕਿਸ ਸਾਈਡ ਉਹਨਾਂ ਦੀ? ਬਿਲਕੁਲ ਜੀ ਬਿਲਕੁਲ, ਉਹ ਬਾਹਰੋਂ ਚਾਨਾ ਚੌਕ ਦੇ ਸਾਈਡ ਤੋਂ ਜਦੋਂ ਰੋਡਸ ਰੋਡ ਵਾਲੀ ਸਾਈਡ ਤੇ ਟਰਨ ਲਈਏ ਤੇ ਬਿਲਕੁਲ ਜ਼ੁਬੈਰ ਨੇ ਜਿਹੜੀ ਗੱਲ ਕੀਤੀ ਹੈ ਬਿਲਕੁਲ ਠੀਕ ਕੀਤੀ, ਉੱਥੇ ਰਸਤਾ ਬੰਦ ਹੈ ਪਿਆ। ਸਿਆਲਕੋਟ ਪੁਲੈ ਪਹੁੰਚ ਗਿਆ ਜੀ, ਇਧਰੋਂ ਸਿਰਫ ਅਸੀਂ ਹੁਣ ਜਿਹੜਾ ਵੀ ਰਸਤਾ ਅਸੀਂ ਫੜਾਂਗੇ ਉਹਦੇ ਤੋਂ ਅਸੀਂ ਸਿਆਲਕੋਟ ਦੀ ਹਦੂਦ ਤੋਂ ਬਾਹਰ ਨਿਕਲ ਜਾਵਾਂਗੇ। ਉਹ ਸਾਹਮਣੇ ਵੇ ਜੀ ਇਮਾਮ ਸਾਹਿਬ ਦਰਬਾਰ। ਭਾਈ ਵੋਟ ਨਵਾਜ਼ ਸ਼ਰੀਫ ਦਾ ਇਸ ਵਾਰੀ, ਵੋਟ ਨਵਾਜ਼ ਸ਼ਰੀਫ ਦਾ ਕਿ ਨਹੀਂ? ਇਹ ਚੌਕ ਸਿਆਲਕੋਟ ਦੀ ਪਹਿਚਾਣ ਹੈ ਜੀ, ਕਿਉਂਕਿ ਇਸ ਚੌਕ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸਾਡਾ ਸ਼ਹਿਰ ਸਿਆਲਕੋਟ ਸਪੋਰਟਸ ਦੇ ਲਿਹਾਜ਼ ਨਾਲ ਮਸ਼ਹੂਰ ਹੈ, ਔਰ ਸਪੋਰਟਸ ਦੀ ਜਿਹੜੀ ਹੈ ਨਾ ਐਡਵਰਟਾਈਜ਼ਿੰਗ ਇਸ ਚੌਕ ਦੇ ਉੱਪਰ ਕੀਤੀ ਗਈ। ਵੋਟ ਨਵਾਜ਼ ਸ਼ਰੀਫ ਦਾ ਇਸ ਵਾਰੀ, ਵੋਟ
ਸਿਆਲਕੋਟ ਦੀ ਹਦੂਦ ਤੋਂ ਅਸੀਂ ਆਊਟ ਹੋਣ ਲੱਗਿਆਂ ਜੀ ਔਰ ਐਵੇ ਬਾਬੇ ਸਿਆਲਕੋਟ ਔਰ ਅਸੀਂ ਸਿਆਲਕੋਟ ਦੀ ਹਦੂਦ ਤੋਂ ਬਾਹਰ ਨਿਕਲ ਆਏ ਅਸੀਂ ਜੀ ਜਦੋਂ ਪਹਿਲੇ ਆਈਫੋਨ ਲੈਣ ਆਏ ਸਾਂ ਉਦੋਂ ਆਏ ਸਾਂ ਜ਼ੁਬੈਰ ਦਾ ਆਈਫੋਨ ਲੈਣ ਵਾਸਤੇ ਅਤੇ ਉਦੋਂ ਨਾਸ਼ਤਾ ਸਾਨੂੰ ਜ਼ੁਬੈਰ ਨੇ ਕਰਵਾਇਆ ਸੀ ਕਿਉਂਕਿ ਉਹਨੇ ਹੀ ਕਰਵਾਉਣਾ ਆਈਫੋਨ ਦਾ ਮੇਰੀ ਹੁਣ ਉਹਨਾਂ ਨਾਲ ਡੀਲ ਹੈ ਹੋਈ ਹੈ ਕੈਮਰਾ ਬੰਦ ਕਰਕੇ ਮੈਂ ਕਿਹਾ ਯਾਰ ਕਿ ਤੁਸੀਂ ਮੇਰੇ ਵਲੌਗ 'ਚ ਭਾਈ ਗਾਣਾ ਸੁਣ ਲਵੋ ਸਿੱਧੂ ਮੂਸੇਵਾਲਾ ਗੁਜਰਾਂਵਾਲਾ ਔਰ ਡਸਕਾ ਯਾਰ ਕੋ ਨਾਸ਼ ਦਾ ਬੰਦੋਬਸਤ ਕਰ ਲਵੋ ਯਾਰ ਹੁਣ ਤੇ ਅਸੀਂ ਬਾਜ਼ਾਰ ਦੇ ਵਿੱਚ ਪਹੁੰਚ ਗਏ ਆ ਤੇ ਫਿਰ ਤੁਸੀਂ ਬਾਜ਼ਾਰ ਚੋਂ ਬਾਹਰ ਨਿਕਲ ਗਏ ਅੱਗੇ ਫਿਰ 5 ਕਿਲੋਮੀਟਰ ਕੋਈ ਚੀਜ਼ ਨਹੀਂ ਹੋਣੀ ਤੇ ਤੁਸੀਂ ਕਹਿਣਾ ਅਗਲੇ ਸਟਾਪ ਜਾ ਕੇ ਨਾਸ਼ਤਾ ਕਰਾਂਗੇ ਸੋਚੋ ਯਾਰ ਸੋਚੋ ਕੁਛ ਸੋਚੋ ਤੁਹਾਡੀ ਮਿਹਰਬਾਨੀ ਨਾ ਮੈਂ ਸੋਚਣਾ ਹੀ ਤੇ ਘਰ ਖਾਓਗੇ ਯਾਰ ਸੋਚੋ ਯਾਰ ਬੱਗੇ ਬਟੇਰੇ ਖਾਓਗੇ ਬੱਗੇ ਬਟੇਰੇ ਯਾਰ ਬੱਗੇ ਬਟੇਰੇ ਕੋਈ ਦਾਲ ਚਾਲ ਨਾਲ ਰੋਟੀ ਖਵਾ ਰਹੇ ਹੋ ਸੁਣੀ ਗਈ ਜੇ ਤੇ ਹੁਣ ਅਸੀਂ ਗੱਡੀ ਲਈ ਜੇ ਖਲਾਰ ਤੇ ਹੁਣ ਇੱਥੇ ਸਿਰਫ ਸਾਨੂੰ ਜਿਹੜਾ ਨਾ ਉਹ ਚਾਹੇ ਕਿਤੇ ਲੱਭ ਜਾਵੇ ਇੱਕ ਤਾਂ ਇਹਨਾਂ ਨੂੰ ਮਨਾਉਣਾ ਵੀ ਬੜਾ ਮੁਸ਼ਕਲ ਹੁੰਦਾ ਤਰਲੇ ਕਰ ਕਰਕੇ ਥੱਕ ਜਾਵਾਂਗੇ ਯਾਰ ਕਿਤੇ ਗੱਡੀ ਖਿਲਾਰ ਲਓ ਤੇ ਕੋਈ ਕੁਛ ਖਾ ਪੀ ਲਈਏ ਲੇਕਿਨ ਇਹਨਾਂ ਦੀ ਇਹਨਾਂ ਘਰੋਂ ਨਾਸ਼ਤਾ ਕਰ ਕੇ ਆਉਂਦਾ ਤੇ ਜਿੰਨਾਂ ਦੇ ਕੰਮ ਆਏ ਆ ਤੇ ਜਦੋਂ ਸਾਡੇ ਨਾਲ ਆਏ ਸੋ ਤੁਸੀਂ ਸਾਡੇ ਨਾਲ ਜਦੋਂ ਸਾਡੇ ਨਾਲ ਆਏ ਸੋ ਤੇ ਸਾਡੇ ਨਾਲ ਕੀ ਸਲੂਕ ਕੀਤਾ ਸਾਰੇ ਭਾਈ ਜੀ ਤੂੰ ਤੂੰ ਉੱਠ ਸੁਬਾਹ ਦਾ ਨਾਸ਼ਤਾ ਵੀ ਦੁਪਹਿਰ ਦੀ ਰੋਟੀ ਵੀ ਬੰਦਾ ਪਿਆ ਵਲੌਗ ਤੇ ਫਿਰ ਰਾਤ ਦੀ ਰੋਟੀ ਤੇ ਆਪਣੀ ਵਾਰੀ ਤੁਸੀਂ ਸਿਰਫ ਚਾਹ ਤੇ ਔਖੇ ਹੋ ਜਾਂਦੇ ਹੋ ਨਹੀਂ ਆ ਫਰ ਕੋਇਟਾ ਟੀ ਸਟਾਲ ਤੋਂ ਅਸੀਂ ਚਾਹ ਪੀਵਾਂਗੇ ਜੀ ਮਾਸ਼ਾਅੱਲਾ ਕਾਫੀ ਸਾਫ ਸੁਥਰਾ ਔਰ ਖੂਬਸੂਰਤ ਹੋਟਲ ਦੇ ਔਰ ਹਾਂ ਸਾਹਿਬ ਕੀ ਹਾਲ ਹੈ ਠੀਕ ਹੈ ਚਾਹ ਕਾ ਕੱਪ ਕਿਤਨੇ ਕਾ ਚਾਹ ਕਾ ਕੱਪ 80 ਰੁਪਏ ਕਾ ਵੀ ਹੈ 100 ਰੁਪਏ ਕਾ ਵੀ ਤੋ ਅਗਰ ਕੋਈ ਸਿਆਲਕੋਟ ਸੇ ਆਏ ਪੀਣੇ ਕੇ ਲਈ ਫਿਰ ਕਿਤਨੇ ਕਾ ਉਹਨੂੰ ਫ੍ਰੀ ਬੇਮਾਨ ਜੀ ਹੁੰਦਾ ਹਾਂ ਸਾਹਿਬ ਨਾ ਮੇਰੇ ਸਿਆਲਕੋਟ ਤੋਂ ਆਏ ਸਵਾਲ ਦੇ ਉੱਤੇ ਕਨਫਿਊਜ਼ ਹੀ ਹੋ ਗਏ ਨੇ ਕਿ ਹੁਣ ਮੈਂ ਕਵਾਂ ਕੀ ਹਾਂ ਸਾਹਿਬ ਜਿੰਨੇ ਦਾ ਕੱਪ ਹੈ ਉਹਨੇ ਦੇ ਹੀ ਪੀਆਂਗੇ ਮੁਫਤ ਦਾ ਪਰਾਠਾ ਕੌਣ ਛੱਡਦਾ ਔਰ ਸਾਦਾ ਚਾਹੇ ਮੈਂ ਦੂਰ ਕੰਮ ਹੈ ਠੀਕ ਹੈ ਔਰ ਸਾਦਾ ਪਰਾਠਾ ਕਿੰਨੇ ਕਾ ਸਾਦਾ ਪਰਾਠਾ 50 ਕਾ ਤੁਹਾਡੀ ਚਾਹੇ 80 ਰੁਪਏ ਦੀ ਤੇ ਮੇਰੇ ਵਾਲੀ ਚਾਹੇ 50 ਰੁਪਏ ਦੀ ਇਹ ਤੁਸੀਂ ਦੇਖਦੇ ਹੋ ਕਿ ਇਸ ਤਰ੍ਹਾਂ ਹੀ ਸਾਫ਼ ਕਰਦੇ ਹੁੰਦੇ ਜੀ ਸਮਾਨ ਫਿਰ ਤੁਹਾਡਾ ਸਿੰਨਾ ਪਕਾ ਲਈਏ ਸਾਦੇ ਪਰਾਠੇ ਦੇ ਸਾਥ ਅੰਡਾ ਹੋ ਗਿਆ ਇੱਕ ਅੰਡਾ ਇੱਕ ਅੰਡਾ ਦੇਣਾ ਕਿਸ ਤਰ੍ਹਾਂ ਦਾ ਚਾਰ ਕੋ ਹਿਊ ਮਗਾਓ ਜੀ 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 ਜੀ
ਤੁਹਾਡਾ ਆਰਡਰ ਹੋ ਹੀ ਗਿਆ ਬੜੀ ਮੁਸ਼ਕਲ ਸਾਡੀ ਨਾ ਇਹੀ ਇੱਕ ਪ੍ਰੋਬਲਮ ਹੈ ਜਿਹੜੀ ਤੁਸੀਂ ਇਕੱਠੇ ਹੋ ਜਾਂਦੇ ਹਾਂ ਅਤੇ ਸਾਡਾ ਆਰਡਰ ਜਿਹੜਾ ਨਾ ਆਰਡਰ ਡਿਸਾਈਡ ਕਰਨੇ ਬੜਾ ਮੁਸ਼ਕਲ ਹੋ ਜਾਂਦਾ ਕੈਸੇ ਵੱਲ ਪਾਏ ਨੇ ਕਮਾਲ ਦੇ ਵੱਲ ਜ਼ਬਰਦਸਤ और यह आ गई जी साड़ी चार कप चाय कोयटा टी शॉप का मेन्यू है जी ए तुसी देख लो उन्होंने पराठे जनाब बहुत ही मज़ेदार सन लाजवाब सन क्यों जी हस रही है बिल्कुल इनफॉरमेशन देने का मकसद है कि जेड़े भी लोग ट्रैवल करते हैं दिन के टाइम या रात के टाइम उन्होंने 24 घंटे की जी सर्विस है और हूँ तुम यार ऐसा समझना शुरू कर देना कि पता नहीं पैसे लैके एडवरटाइजिंग करना शुरू कर दी इन्हें ऐसा कोई चक्कर नहीं जस्ट इनफॉरमेशन है और कह लो कि एक फैसिलिटी है ताकि तुम्हें पता हो कि यार असं दिन के टाइम सफ़र करिए रात के टाइम सफ़र करिए सानू मतलब खान पीन के हवाले नाल कोई परेशानी नहीं और अगर जायके के लिहाज नाल गल करिए तो मैं तुम्हें जरूर कहांगा कि तुम एक दफ़ा कोयटा होटल से रुक के तो इन्हों को अपने कोयटा के जोड़े साढ़े भरा ने इन्हों को उन्होंने पराठे और चाय तुम लाजमी जरा ना वो टेस्ट करो सियालकोट तो असं बाहर निकल चुके हैं जी और इस टाइम असं डस्का रोड से हूँ तुम दसने जी कि असी की लैन चलने हैं लेकिन यह नहीं दसागे कि कितों केड़े शहरों लैन चले हाँ वो तुम मजीद इंतजार करना पेगा तो बाहर असं लैन जा रहे हैं जी आईफोन हूँ आईफोन लैन जा रहे हैं तो चेहरे मैं तुम्हें दिखावगा तीनों बंद और कमेंट करके दसना है चेहर की फीलिंग तो देख के दसना है कि आईफोन जो असं लैन चले हाँ वह कि बंदे का लैन चले हाँ एक बंदा जो जी शहजेब फेस एक्सप्रैशन गौर नाल देख लेना उस तो बाद जी जमान और उस तो बाद जी जुबैर तीनों बंद फेस एक्सप्रैशन जोड़े ने जी वह देख लेने तो हूँ तुम फेस एक्सप्रैशन तो अपनी राय देनी है कि जोड़ा असं आईफोन लैन चले हाँ वह इन्होंने तीन बंद कि हो सकता है असं अपनी मंजिल पर पहुँच चुके हैं जी एवे मोबाइल शॉप की मार्केट अगर ताडे वीवर्स दे विचों कोई जानदा होवे कि यह किस शहर की मोबाइल शॉप की मार्केट है तो तुसी कमेंट करके लाजमी दसना हाँ जी की बने आया कोई पसंद के नहीं भला नहीं पसंद आया हजे तक मोबाइल की कोई भी सूरत हाल क्लीयर नहीं हो सकी जी कुछ जगह तो मोबाइल पसंद आता तो रेट नहीं बनता और जिते रेट बनता उ मोबाइल पसंद नहीं आता तो यही सिचुएशन है तो हूँ ताकि मुलाकात होगी मोबाइल परचेज करन तो बाद गाजर का जूस ही सेहत लिए बहुत ही फायदेमंद है एक गिलास गाजर का जूस जड़ा ना वो डेली जरूर पीना चाहिए ज्यादा तो ज्यादा भी अगर टाइम लगा तो एक घंटा होर लगेगा और इंतजार दिया घड़ियां खत्म हो जी शहजेब भी आ गया जी जुबैर भी आ गया और जमान भी आ गया हाँ जी जमान मिल गया मोबाइल मुबारक हो मोबाइल ले लिया जमान ने
ਹੁਣ ਜਾਂਦੇ ਆ ਅਸੀਂ ਜ਼ਮਾਨ ਨੂੰ ਕੋਈ ਟ੍ਰੀਟ ਜਿਹੜੀ ਹੈ ਨਾ ਉਹ ਮਤਲਬ ਕਿ ਦੇਖੋ ਜ਼ਮਾਨ ਨੂੰ ਟ੍ਰੀਟ ਦੇਣੀ ਹੈ ਉਹ ਦੇਣੀ ਨਹੀਂ ਜ਼ਮਾਨ ਮੈਂ ਅਸੀਂ ਜਦੋਂ ਫੋਨ ਲਏ ਤੇ ਸਾਨੂੰ ਕੀ ਟ੍ਰੀਟਾਂ ਦਿੱਤੀਆਂ ਸਾਜੇ ਮੈਂ ਇੱਕ ਵਲੌਗ ਦਾ ਨਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ ਦਿਆਂਗਾ ਔਰ ਉਹ ਤੁਸੀਂ ਦੇਖਣਾ ਤੇ ਫਿਰ ਤੁਸੀਂ ਫੈਸਲਾ ਕਰਨਾ ਕਿ ਜਿਹੜੀ ਗੱਲ ਇਹਨੇ ਕੀਤੀ ਹੈ ਇਹ ਮੁਨਸਫਾਨਾ ਹੈ ਮੈਂ ਡਰਾਈਵਿੰਗ ਲਾਇਸੈਂਸ ਬਣਵਾਇਆ ਸੀ ਜੀ ਔਰ ਉਸ ਤੋਂ ਬਾਅਦ ਮੈਨੂੰ ਜਿਹੜੀ ਟ੍ਰੀਟ ਪਈ ਸੀ ਹੁਣ ਉਹ ਤੁਸੀਂ ਵਲੌਗ ਵੇਖ ਲੈਣਾ ਡਿਸਕ੍ਰਿਪਸ਼ਨ ਦੇ ਅੰਦਰ ਫਿਰ ਤੁਹਾਨੂੰ ਸਮਝ ਆਏਗੀ ਤੇ ਹੁਣ ਅਗਰ ਨਾ ਉਹ ਸਿੱਧੇ ਸੁੱਧੇ ਕਰ ਲਓ ਜ਼ਰਾ ਠੀਕ ਹੈ ਸਰ ਸਾਰੇ ਪਹਿਲੇ ਕਦੋਂ ਨਾ ਕੀਤੀ ਹੈ ਵੈਰੀ ਗੁੱਡ ਵੈਰੀ ਗੁੱਡ ਆਪਸੀ ਲਈ ਸਾਡਾ ਸਫ਼ਰ ਸ਼ੁਰੂ ਹੋ ਚੁੱਕਾ ਜੀ ਔਰ ਅਸੀਂ ਇਸ ਟਾਈਮ ਕਿਸ ਸ਼ਹਿਰ ਦੇ ਅੰਦਰ ਹਾਂ ਇੱਦਾਂ ਪਹਿਲੇ ਨਾ ਇੱਕ ਛੋਟਾ ਜਿਹਾ ਹਿੰਟ ਮੈਂ ਤੁਹਾਨੂੰ ਦਿਖਾਉਣਾ ਅਤੇ ਉਸ ਹਿੰਟ ਤੋਂ ਵੀ ਅਗਰ ਤੁਹਾਨੂੰ ਸਮਝ ਆ ਗਈ ਯਕੀਨਨ ਕੁਛ ਵੀਵਰਸ ਨੂੰ ਸਮਝ ਆ ਜਾਏਗੀ ਅਤੇ ਅਗਰ ਤਾਂ ਸਮਝ ਨਾ ਆਈ ਤਾਂ ਫਿਰ ਮੈਂ ਹੁਣ ਜ਼ਾਹਿਰੀ ਬਾਤ ਇਹ ਤੁਹਾਨੂੰ ਦੱਸਣੀ ਹੈ ਕਿ ਅਸੀਂ ਕਿਸ ਸ਼ਹਿਰ ਦੀ ਮਾਰਕੀਟ ਦੇ ਅੰਦਰ ਮੋਬਾਈਲ ਲੈਣ ਵਾਸਤੇ ਆਏ ਔਰ ਜਿਹੜਾ ਹਿੰਟ ਹੈ ਜੀ ਉਹ ਵੇ ਬਿਲਕੁਲ ਸਾਹਮਣੇ ਤੁਸੀਂ ਜੰਗੀ ਜਹਾਜ਼ ਇੱਕ ਖੜ੍ਹਾ ਚੌਕ ਦੇ ਅੰਦਰ ਉਹ ਦੇਖ ਸਕਦੇ ਹੋ ਅਗਰ ਹਈਏ ਵੀ ਸਮਝ ਨਹੀਂ ਆਈ ਤਾਂ ਯਾਰ ਫਿਰ ਚਲੋ ਦੱਸਦੇ ਹਾਂ ਕਿ ਕਿਹੜੇ ਸ਼ਹਿਰ ਆ ਕਿਹੜਾ ਕਿਹੜਾ ਮਾਡਲ ਲਿਆ ਦੀ ਥੋੜਾ ਦੱਸੋ ਹਾਂ ਯਾਰ ਵਰਜ਼ਨ ਨੂੰ ਪਤਾ ਲੱਗੇ ਆਈਫੋਨ ਐਕਸ ਐਸ ਲਿਆ ਗੋਲਡਨ ਕਲਰ ਦਾ ਗੋਲਡਨ ਕਲਰ ਓਕੇ 256 ਜੀਬੀ ਹੈ ਨੌਨ ਪੀਟੀ ਹੈ ਤੇ ਮਾਸ਼ਾਅੱਲਾ ਅੱਛੀ ਪ੍ਰਾਈਸ ਹੀ ਮਿਲ ਗਿਆ ਬੈਟਰੀ ਹੈਲਥ 86 ਹੈ ਮਤਲਬ ਕਿ ਮਰਜ਼ੀ ਦਾ ਮੋਬਾਈਲ ਮਿਲ ਗਿਆ ਨਾ ਬਿਲਕੁਲ ਮਰਜ਼ੀ ਦਾ ਮੋਬਾਈਲ ਮਿਲਿਆ ਹੈ ਚਲੋ ਫਿਰ ਟ੍ਰੀਟ ਦੇਣ ਵਾਸਤੇ ਇਹ ਵੀ ਤਿਆਰ ਹੋਈ ਹੋ ਲੱਗੇ ਬੰਦਾ ਸਰ ਦੇ ਜਾਏਗਾ ਕਿੱਥੇ ਖਾਣੇ ਆ ਕੀ ਖਾਣਾ ਜੀ ਇੱਕ ਦਿਨ ਸੀ ਕਿ ਇਹ ਟਾਈਮ ਆਇਆ ਸੀ ਮੇਰੇ ਤੇ ਇੱਕ ਦਫਾ ਨਹੀਂ ਦੋ ਦਫਾ ਇੱਕ ਜਦੋਂ ਡਰਾਈਵਿੰਗ ਲਾਇਸੈਂਸ ਬਣਵਾਇਆ ਤੇ ਇੱਕ ਜਦੋਂ ਮੈਂ ਵੀ ਆਈਫੋਨ ਲਿਆ ਤੇ ਹੁਣ ਛੁਰੀ ਦੇ ਥੱਲੇ ਬੱਕਰਾ ਆਏਗਾ ਕੋਈ ਗੱਲ ਨਹੀਂ ਆਹੋ ਯਾਰ ਕਿੰਨਾ ਖੂਬਸੂਰਤ ਰਿੰਗ ਰੋਡ ਬਣਿਆ ਹੋਈ ਯਾਰ ਸਿਰਫ ਇਸ ਰਿੰਗ ਰੋਡ ਦੀ ਵਜ੍ਹਾ ਤੋਂ ਜਿਹੜਾ ਨਾ ਰਸ਼ ਜਿਹੜਾ ਨਾ ਉਹ ਕੰਟਰੋਲ ਹੋ ਗਿਆ ਰਸ਼ ਦੇ ਵਿੱਚ ਬਹੁਤ ਜ਼ਿਆਦਾ ਕਮੀ ਹੋ ਗਈ ਯਾਰ ਵੈਸੇ ਇਹਨਾਂ ਦੀ ਸਫਾਈ ਔਰ ਇਹਨਾਂ ਦਾ ਡਿਸਿਪਲਿਨ ਜਿਹੜਾ ਨਾ ਉਹ ਕਾਬਲੇ ਤਾਰੀਫ ਹੈ ਉਸ ਹੋਟਲ ਦਾ ਵੀ ਔਰ ਇਸ ਹੋਟਲ ਦਾ ਵੀ ਜਿਸ ਹੋਟਲ 'ਤੇ ਅਸੀਂ ਜਾਂਦੇ ਹੋਏ ਰੁਕੇ ਸਾਂ ਔਰ ਜਿਸ ਹੋਟਲ 'ਤੇ ਅਸੀਂ ਵਾਪਸੀ 'ਤੇ ਰੁਕੇ ਹਾਂ ਇਹਨਾਂ ਦੀਆਂ ਬ੍ਰਾਂਚਾਂ ਨੇ ਜਿਸ ਤਰ੍ਹਾਂ ਕਿ ਹੁਣ ਬ੍ਰਾਂਚ ਨੰਬਰ 2 'ਤੇ ਇਸ ਟਾਈਮ ਅਸੀਂ ਵੈਰੀ ਗੁੱਡ ਵੈਰੀ ਗੁੱਡ ਇਹ ਬੜੀ ਕਾਬਲੇ ਹੋਰ ਗੱਲ ਯਾਰ ਇਹ ਜਿਹੜੀ ਬ੍ਰਾਂਚ ਨੰਬਰ 2 ਔਰ ਉਹ ਕਿੰਨੀ ਬ੍ਰਾਂਚ ਸੀ ਭਲਾ ਮੇਰੇ ਖਿਆਲ ਨਾਲ ਬ੍ਰਾਂਚ ਨੰਬਰ 4 ਸੀ ਹੈ 4 ਸੀ ਖਾਣਾ ਖਾਣ ਤੋਂ ਬਾਅਦ ਆ ਗਈ ਹੈ ਜੀ ਗਰਮਾ ਗਰਮ ਚਾਏ ਅਤੇ ਹੁਣ ਹੀ ਕੋਸ਼ਿਸ਼ ਕਰਨੇ ਹਾਂ ਕਿ ਇਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਨੇ ਹਾਂ ਕਿ ਇਹਨਾਂ ਦੀਆਂ ਟੋਟਲ ਕਿੰਨੀਆਂ ਬ੍ਰਾਂਚਾਂ ਨੇ ਔਰ ਕਿਸ ਕਿਸ ਪੁਆਇੰਟ 'ਤੇ ਜਾਂ ਕਿਸ ਕਿਸ ਰੋਡ ਦੇ ਉੱਤੇ ਮੌਜੂਦ ਨੇ ਅਗਰ ਸਾਨੂੰ ਉਹ ਇਨਫੋਰਮੇਸ਼ਨ ਮਿਲ ਗਈ ਤਾਂ ਉਹ ਵੀ ਤੁਹਾਡੇ ਨਾਲ ਲਾਜ਼ਮੀ ਸ਼ੇਅਰ ਕੀਤੀ ਜਾਏਗੀ ਅਭੀ ਇਨ ਭਾਈ ਸੇ ਬਾਤ ਹੋਈ ਹੈ ਜੀ ਤਾਂ ਉਹ ਬਤਾ ਰਹੇ ਹੈ ਕਿ ਹਮਾਰੀ ਟੋਟਲ ਹੈ ਜੀ 5 ਬ੍ਰਾਂਚੇ ਜਿਨਮੇਂ ਸੇ ਇੱਕ ਬ੍ਰਾਂਚ ਹੈ ਕੋਇਟਾ ਮੇਂ ਦੂਸਰੀ ਬ੍ਰਾਂਚ ਇਸਲਾਮਾਬਾਦ ਮੇਂ ਔਰ 3 ਬ੍ਰਾਂਚੇ ਹੈ ਡਸਕਾ ਸ਼ਹਿਰ ਕੇ ਅੰਦਰ ਤੋ ਸੁਬਹ ਜਿਸ ਬ੍ਰਾਂਚ ਪੇ ਹਮਨੇ ਖਾਣਾ ਖਾਇਆ ਥਾ ਜੀ ਵੋ ਥੀ ਬ੍ਰਾਂਚ ਨੰਬਰ 4 ਔਰ ਅਭੀ ਜਿਸ ਬ੍ਰਾਂਚ ਸੇ ਖਾਣਾ ਖਾਇਆ ਹੈ ਯੇ ਹੈ ਬ੍ਰਾਂਚ ਨੰਬਰ 2 ਅਸੀਂ ਘਰ ਪਹੁੰਚ ਚੁੱਕੇ ਹਾਂ ਜੀ ਔਰ ਹੁਣ ਤੁਹਾਨੂੰ ਦੱਸਣਾ ਵਾਂ ਕਿ ਅਸੀਂ ਕਿਸ ਸ਼ਹਿਰ ਗਏ ਸਾਂ ਜਿਹੜੇ ਲੋਕ ਉਸ ਸ਼ਹਿਰ ਦੇ ਰਿਹਾਇਸ਼ੀ ਹੋਣਗੇ ਉਹ ਤਾਂ ਯਕੀਨਨ ਪਹਿਚਾਣ ਲੈਣਗੇ ਕਿ ਕਿਸ ਸ਼ਹਿਰ ਦੀ ਮਾਰਕੀਟ ਸੀ ਉਹ ਮਾਰਕੀਟ ਸੀ ਜੀ ਗੁਜਰਾਂਵਾਲਾ ਦੀ ਇਹ ਸੀ ਅੱਜ ਦੀ ਇੱਕ ਖੂਬਸੂਰਤ ਜਿਹੀ ਵੀਡੀਓ ਅਗਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੁਣ ਮੁਲਾਕਾਤ ਹੋਏਗੀ ਜੀ ਕੱਲ੍ਹ ਇੱਕ ਨਵੇਂ ਦਿਨ ਔਰ ਨਵੀਂ ਸਵੇਰ ਦੇ ਨਾਲ ਅਤੇ ਕੱਲ੍ਹ ਤੱਕ ਲਈ ਅੱਲਾ ਹਾਫਿਜ਼